कमेटी पंजाब का संगठन सकत्र सुखविंदर सिंह सबराह नार मेले सूबे की टीम जो है जलंधर जिला हेडक्वार्टर खड़ी आ। साडा धरना पूरे पंजाब चल रहा वा, अ चौथा दिन वा, चौथे दिन जो धरना चल रहा जी मुख मंगा केंद्र सरकार का जो वादा सीगा PMSP गरंटड का कानून बनावांगे, शहीदां दा मान सम्मान करदे आ, एक जीन उन्होंने परिवार दी नौकरी ते मुआवजा देंगे, लखीमपुर खीरी कांड के दोषी अजय मिश्रा नूं सजा की गल सी और सारे परचे रद्द करन दी गल सी, MSP गरंटर का कानून बनाउण दी गल सी, उत्तों केंद्र सरकार भज चुकी आ। उल्टा बिजली कानून जिहड़ा वा ਉਹ ਬਣਾ ਕੇ ਪ੍ਰਾਈਵੇਟ ਹੱਥਾਂ ਵਿੱਚ ਬਿਜਲੀ ਦੇਣ ਦੀ ਤਿਆਰੀ ਆ, ਚਿੱਪ ਵਾਲੇ ਮੀਟਰ ਲਾਉਣ ਦੀ ਤਿਆਰੀ ਆ। ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਚੋਣ ਵਾਅਦੇ ਕੀਤੇ ਸੀਗੇ, ਆਬਾਦ ਕਰਨ ਨੂੰ ਮਾਲਕੀ ਹੱਕ ਦੇਣ ਦੀ ਗੱਲ ਸੀਗੀ, ਪਾਣੀਆਂ ਨੂੰ ਸੋਧ ਕੇ ਮੁੜ ਵਰਤੋਂ ਯੋਗ ਬਣਾਉਣ ਦੀ ਗੱਲ ਸੀਗੀ, ਰੇਤ ਮਾਫੀਆ ਨਸ਼ਾ ਮਾਫੀਆ ਭੂ ਮਾਫੀਆ ਖਤਮ ਕਰਨ ਦੀ ਗੱਲ ਸੀ, ਔਰ 1000 ਰੁਪਇਆ ਮਾਵਾਂ ਭੈਣ ਦੇ ਖਾਤਿਆਂ ਮਜ਼ਦੂਰਾਂ ਨੂੰ 5 ਮਰਲੇ ਦਾ ਪਲਾਟ ਤੇ ਨਾਲ ਘਰ ਬਣਾਉਣ ਲਈ ਗ੍ਰਾਂਟ ਦੇਣ ਦੀ ਗੱਲ ਸੀ। ਇਹਨਾਂ ਸਾਰਿਆਂ ਵਾਅਦੇ ਤੋਂ ਸਰਕਾਰਾਂ ਭੱਜ ਚੁੱਕੀਆਂ, ਬੇਦਬੀ ਕਾਂਡ ਤੋਂ ਜਿਹੜੀ ਸਰਕਾਰ ਉਹ ਭੱਜ ਚੁੱਕੀ ਆ, ਬੇਦਬੀ ਦੇ ਦੋਸ਼ੀ ਜੱਗ ਜਾਰ ਅਜੇ ਤੱਕ ਫੜੇ ਨਹੀਂ ਜਾ ਰਹੇ। देश दियां जेलां दे विच बुद्धिजीवी पत्रकार भाईचारा बहुत गिरफ्तार आ, बंदी सिंह गिरफ्तार वा, उन्हां नूं छड्डन ते सरकार दी अजे रणनीति कोई नहीं बन रही, ना स्टेट दी ना देश दी। सो इन्हां मंगां नूं लैके धरना जिहड़ा वा लगा होया वा, इह चौथे दिन वी अज जा रही है। जिहड़ी तुहाडी DC साहब नाल मीटिंग होई सी उस च नहीं कोई नतीजा निकलिया? DC साहब नाल अजे मीटिंग जिहड़ी आ ਉਹ ਨਹੀਂ ਹੋਈ, ADC ਸਾਹਿਬ ਨਾਲ 2 ਵਾਰੀ ਮੀਟਿੰਗ ਹੋਈ ਆ, ਪਰ ਉਦੋਂ ਅੱਗੇ ਅਜੇ DC ਸਾਹਿਬ ਨਾਲ ਮੀਟਿੰਗ ਹੋਊਗੀ ਤੇ ਫਿਰ ਜਿਹੜੀ ਕੋਈ ਗੱਲਬਾਤ ਅੱਗੇ ਚੱਲੂਗੀ। ਅਜੇ ਤੱਕ ਪ੍ਰਸ਼ਾਸਨ ਬਿਲਕੁਲ ਚੁੱਪ ਬੈਠਾ। ਨਹੀਂ ਜਿਹੜਾ ਤੁਸੀਂ ਧਰਨਾ DC ਕੰਪਲੈਕਸ ਦੇ ਅੰਦਰ ਲਾਇਆ, ਬਾਹਰ ਵੀ ਤਾਂ ਲਾ ਸਕਦੇ ਸੀਗੇ? ਬਾਹਰ ਧਰਨਾ ਲਾ ਸਕਦੇ ਸੀਗੇ, ਰੋਡ ਤੇ ਵੀ ਲਾ ਸਕਦੇ ਸੀਗੇ, ਪਰ ਭਗਵੰਤ ਮਾਨ ਜੀ ਨੇ ਕਿਹਾ ਵਾ ਵੀ ਰੋਡ ਜਿਹੜੇ ਧਰਨੇ ਆ ਉਹ DC ਦਫ਼ਤਰਾਂ ਤੇ ਲੱਗਣ ਔਰ ਮੰਤਰੀਆਂ ਦੇ ਘਰਾਂ ਤੇ ਲੱਗਣ। ਅਸੀਂ ਤਾਂ ਉਹਦੇ ਹੁਕਮਾਂ ਨੂੰ ਫਾਲੋ ਕਰਕੇ ਅੰਦਰ ਸਾਰਾ ਕੁਝ ਲੈ ਕੇ ਆਏ ਆ, ਔਰ ਸਗੋਂ ਸਾਡਾ ਅੱਧਾ ਕਜੇ ਬਾਹਰ ਪਿਆ ਵਾ, ਹੋਰ ਜਿਹੜਾ ਆਉਣ ਵਾਲਾ ਉਹ ਵੀ ਬਾਹਰ ਖੜੋਂਦਾ ਵਾ। ਅਸੀਂ ਕਹਿੰਦੇ ਰਾਹਗੀਰ ਪਰੇਸ਼ਾਨ ਨਹੀਂ ਹੋਣੇ ਚਾਹੀਦੇ। ਤੇ ਬਾਕੀ ਡਿਸਟ੍ਰਿਕਾਂ 'ਚ ਵੀ ਲਾਏ ਧਰਨੇ ਆ ਜਿਹੜੇ? ਹਾਂਜੀ ਹਾਂਜੀ, 11 ਜਗ੍ਹਾ ਦੇ ਉੱਤੇ ਜ਼ਿਲ੍ਹਾ ਹੈੱਡਕੁਆਰਟਰ ਦੇ ਧਰਨੇ ਚੱਲ ਰਹੇ ਆ ਔਰ 19 ਜਗ੍ਹਾ ਦੇ ਉੱਤੇ ਮੰਗ ਪੱਤਰ ਦਿੱਤੇ ਆ। ਮੈਂ ਸਲਵਿੰਦਰ ਸਿੰਘ ਜਾਣੀਆਂ, ਜ਼ਿਲ੍ਹਾ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ। ਆ ਜਿਹੜਾ ਸਾਡਾ ਜਲੰਧਰ DC ਦਫ਼ਤਰ ਚੌਥੇ ਦਿਨ 'ਚ ਜਿਹੜਾ ਧਰਨਾ ਚੱਲ ਗਿਆ, ਅਸੀਂ 26 ਦੇ ਆਏ ਹਾਂ ਅਤੇ ਚੌਥੇ ਦਿਨ ਚੱਲ ਗਿਆ ਵਾ। ਵੇਖੋ ਇਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦੇ ਆ, ਜਿਹੜੀਆਂ ਮੰਗਾਂ ਜਿਹੜੀਆਂ ਸਰਕਾਰ ਨੇ ਹੱਲ ਕਰਤੀਆਂ ਉਹ ਵੱਧਦੀਆਂ ਜਾ ਰਹੀਆਂ। ਵੇਖੋ ਸਾਡਾ ਕ੍ਰਾਈਮ ਵੇਖੋ ਪੰਜਾਬ 'ਚ ਕਿੰਨਾ ਵੱਧ ਗਿਆ ਵਾ, ਕਿਤੇ ਨਾ ਕਿਤੇ ਰੋਜ਼ ਜਿਹੜੀ ਆ ਹੱਤਿਆ ਹੁੰਦੀ ਆ, ਚਾਹੇ ਉਹ ਨਜਾਇਜ਼ ਆ ਜਾਇਜ਼ ਆ ਅਸਲਾਂ ਦੇ ਨਾਲ। ਵੇਖੋ ਜਿਹੜਾ ਪ੍ਰਸ਼ਾਸਨ ਆ ਸਰਕਾਰ ਉਹ ਚੁੱਪ ਕਰਕੇ ਗੂੜੀ ਨਿੰਦੀ ਇਹ ਸੁੱਤੀ ਆ ਅਤੇ ਲੋਕਾਂ ਦੀਆਂ ਜਾਨਾਂ ਜਿਹੜੀਆਂ ਨਜਾਈਆਂ ਇਹ ਜਾ ਰਹੀਆਂ ਵਾ। ਇਸ ਕਰਕੇ ਇੱਧਰ ਜਿਹੜਾ ਵਾ ਭਗਵੰਤ ਮਾਨ ਜੀ ਆ ਇਹ ਦੂਜਿਆਂ ਸੂਬਿਆਂ 'ਚ ਵੋਟਾਂ ਦਾ ਛੱਡ ਕੇ ਅਤੇ ਪੰਜਾਬ ਨੂੰ ਸਾਂਭਣ ਅਤੇ ਪੰਜਾਬ ਵਾਲਿਆਂ ਨੇ ਇਹਨੂੰ ਮੁੱਖ ਮੰਤਰੀ ਬਣਾਇਆ ਵਾ ਵੀ ਇਸ ਕਰਕੇ ਵੀ ਲੋਕਾਂ ਦੇ ਕੰਮ ਕਰੂਗਾ, ਪਰ ਇਹ ਉਹਨਾਂ ਨੂੰ ਚੁਗਲੇ ਬਾਅਦ ਜ਼ਿਆਦਾ ਨਹੀਂ ਰਹੇ, ਜ਼ਿਆਦਾ ਝੂਠ ਬੋਲ ਕੇ ਇੱਥੋਂ ਦੇ ਹੱਕੀਆਂ ਦਾ ਕੰਮ ਹੋ ਗਿਆ। ਇੱਥੋਂ ਦੇ ਲੋਕ ਜਿਹੜੇ ਆ ਇਹ ਟਾਈਮ 'ਤੇ ਸੜਕਾਂ 'ਤੇ ਆ, DC ਦਫ਼ਤਰਾਂ ਖੜੀ ਆ ਅਤੇ ਇਹ ਦੂਜਿਆਂ ਸੂਬਿਆਂ ਜਿਹੜਾ ਪ੍ਰਚਾਰ ਕਰਦਾ ਫਿਰਦਾ ਵੀ ਜਿਹੜਾ ਪੰਜਾਬ ਆ ਇਹ ਬਹੁਤ ਵਧੀਆ ਵਾ, ਇਸ ਧਰਤੀ ਦੇ ਦੂਜਿਆਂ ਦੇ ਜਿਹੜੇ ਆ ਉਹ ਉਹਨਾਂ 'ਚ ਸਹੂਲਤਾਂ ਦੇਵਾਂਗੇ। ਐਸ ਟਾਈਮ 'ਤੇ ਜਿਹੜੇ ਵਾਅਦੇ ਕੀਤੇ ਆ ਵੀ ਲੋਕਾਂ ਨੂੰ ਸਗਨ ਸਕੀਮ 50,000 ਰੁਪਇਆ ਦੇਵਾਂਗੇ, ਉਹ ਨਹੀਂ ਕਿਸੇ ਨੂੰ ਮਿਲ ਰਹੀ। ਜਿਹੜੀ ਰੇਤਾਂ ਦੀ ਗੱਲ ਕੀਤੀ ਸੀ ਵੀ ਰੇਤਾਂ ਜਿਹੜੀ ਆ ਸਸਤੀ ਮਿਲੂਗੀ ਅਤੇ ਰੇਤਾਂ ਦੇ ਡਬਲ ਹੋ ਗਈ ਆ, ਡਬਲੋਂ ਵੀ ਜ਼ਿਆਦਾ ਟੱਪ ਗਈ ਆ। ਅੱਗੇ ਜਿਹੜਾ ਕਿਸਾਨ ਨੂੰ ਹੱਕ ਮਿਲਦਾ ਸੀ, ਕਿਸਾਨ ਆਪਦੇ ਖੇਤ 'ਚੋਂ ਕੱਢਦਾ ਸੀ 1,000-1,500 ਨੂੰ ਜਿਹੜਾ ਲਾਗਤ ਵਾਲੇ ਨੂੰ ਟਰਾਲੀ ਪਹੁੰਚ ਜਾਂਦੀ ਸੀ, ਹੁਣ ਉਹ 25,000-30,000 ਰੁਪਏ ਦੀ ਟਰਾਲੀ ਜਿਹੜੀ ਉੱਥੇ ਪਹੁੰਚਦੀ ਆ। ਇਹਦੇ ਨਾਲ ਹੀ ਜਿਹੜੇ ਜ਼ਮੀਨਾਂ ਦੇ ਮਸਲੇ ਸੀ ਵੀ ਅਸੀਂ ਜ਼ਮੀਨਾਂ ਨੇ ਜਿੰਨਾ ਮੁਹਾਨ ਕੀਤੀਆਂ ਵਾ ਉਹਨਾਂ ਨੂੰ ਮਾਲਕੀ ਹੱਕ ਦੇਵਾਂਗੇ, ਪਰ ਉਹਨਾਂ ਨੂੰ ਮਾਲਕੀ ਹੱਕ ਦੇ ਥਾਂ 'ਤੇ ਉਹਨਾਂ ਨੂੰ ਉਜਾੜਿਆ ਜਾ ਰਿਹਾ। ਇਸੇ ਤਰ੍ਹਾਂ ਹੀ ਮੋਦੀ ਨੇ ਮੰਨੀਆਂ ਹੋਈਆਂ ਮੰਗਾਂ ਸੀ, ਆ 2 ਸਾਲ ਪੂਰੇ ਹੋ ਗਏ ਆ 26 ਨਵੰਬਰ ਨੂੰ ਵੀ ਜਦੋਂ ਅਸੀਂ ਦਿੱਲੀ ਗਏ ਹਾਂ, 13 ਮਹੀਨੇ ਬੈਠੇ ਹਾਂ ਅਤੇ ਕਾਲੇ ਕਾਨੂੰਨ ਵਾਪਸ ਹੋਏ ਅਤੇ ਗੁਰਪੁਰਬ ਦੇ ਪਿਛਲੇ ਸਾਲ ਮੰਨੇ ਸੀ ਵੀ ਅਸੀਂ ਜਿਹੜਾ ਵਾ ਕਿਸਾਨਾਂ ਮਜ਼ਦੂਰਾਂ ਨੂੰ MSP ਦੇਵਾਂਗੇ, ਹਰਿਆਣੇ 'ਚ ਜਾਂ ਦਿੱਲੀ 'ਚ ਯੂਪੀ 'ਚ ਜਿਹੜੇ ਉਹਨਾਂ ਦੇ ਪਰਚੇ ਕੀਤੇ ਉਹ ਰੱਦ ਕਰਾਂਗੇ। ਇਹਦੇ ਵਿਰੋਧ 'ਚ ਨਾ ਉਹ ਰੱਦ ਹੋਇਆ, ਉਹਦੇ ਵਿਰੋਧ ਦੇ ਵਿੱਚ ਜਿਹੜਾ ਸਾਰੇ ਪੰਜਾਬ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜਿਹੜੇ ਉਹ ਧਰਨੇ ਲਾਏ ਹੋਏ ਵਿਰੋਧ ਕਰ ਰਹੇ ਹਾਂ। ਦੁੱਧ ਦੇ ਰੇਟਾਂ ਦੀ ਵੀ ਮੰਗ ਕਰਦੇ ਹਾਂ ਵੀ ਦੁੱਧ ਦੇ ਰੇਟ ਜਿਹੜੇ ਆ ਕਿਸਾਨਾਂ ਨੂੰ ਲਾਹੇਮੰਦ ਦਿੱਤੇ ਹਨ। ਮਜ਼ਦੂਰਾਂ ਦੀ ਜਿਹੜੀ ਨਰੇਗਾ ਸਕੀਮ ਆ ਉਹ 365 ਦਿਨ ਜੇ ਚੱਲੇ ਉਹਦੀ ਦਿਹਾੜੀ ਦੁੱਗਣੀ ਕੀਤੀ ਜਾਵੇ, ਮਜ਼ਦੂਰ ਦੇ ਹਾਲਾਤ ਸੁਧਰ ਸਕਦੇ ਆ। ਰੇਤ ਬਹੁਤ ਮਹਿੰਗੀ, ਤਕਰੀਬਨ 5,500 ਰੁਪਇਆ ਪ੍ਰਤੀ ਸੈਂਕੜਾ ਹੋ ਗਈ ਆ। ਜਿਹੜੇ ਰੇਤ ਮਾਫੀਆ ਖਤਮ ਕਰਨ ਦੇ ਵਾਅਦੇ ਕਰਕੇ ਸਾਡੇ ਨਾਲ ਆਏ ਸੀ, ਅੱਜ ਮਜ਼ਦੂਰ ਅਤੇ ਜਿਹੜਾ ਮਿਸਤਰੀ ਆ ਉਹ ਪਿੰਡਾਂ ਵਿੱਚ ਵਿਹਲਾ ਬੈਠਾ, ਕੰਮ ਕੋਈ ਨਹੀਂ ਮਿਲ ਰਿਹਾ ਕਿਉਂਕਿ ਇੰਨੇ ਪੈਸੇ ਨਹੀਂ ਹੈਗੇ ਲੋਕਾਂ ਕੋਲ ਵੀ ਉਹ ਜਿਹੜਾ ਉਸਾਰੀ ਦਾ ਕੰਮ ਕਰ ਸਕਣ। ਪਨੀਰ ਜੀ, ਉੱਥੇ ਵੇਖਿਆ ਜਾਵੇ ਤਾਂ ਪਹਿਲਾਂ ਵੀ ਕਿਸਾਨਾਂ ਨੇ ਕਿਹਾ ਇੰਨਾ ਵੱਡਾ ਸੰਘਰਸ਼
ਤੇ ਹੈ ਉਸ ਤੋਂ ਬਾਅਦ ਹੁਣ ਫਿਰ ਇੱਕ ਕਿਤਨਾ ਕਿਤੇ ਧਰਨਿਆਂ ਦਾ ਹੀ ਦੌਰ ਨਜ਼ਰ ਆ ਰਿਹਾ ਕੀ ਲੋੜ ਪੈ ਗਈ ਕਿ ਫਿਰ ਧਰਨੇ ਹੀ ਧਰਨੇ ਨਜ਼ਰ ਆ ਰਹੇ ਦੇਖੋ ਇਹ ਤਾਂ ਲੋਕਾਂ ਨਾਲ ਗੱਲ ਕਰਨੀ ਚਾਹੀਦੀ ਆ ਜਦੋਂ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਜਾਂ ਕਿਸਾਨ ਮਜ਼ਦੂਰ ਦੀ ਹੱਲ ਨਹੀਂ ਹੋਊਗੀ ਮਹਿੰਗਾਈ ਅੰਤਾਂ ਦੀ ਰੁਜ਼ਗਾਰ ਕੋਈ ਨਹੀਂ ਗਾ ਕਿਸਾਨ ਨੂੰ ਪੈਦਾਵਾਰੀ ਦਾ ਮੁੱਲ ਨਹੀਂ ਮਿਲਦਾ ਮਜ਼ਦੂਰ ਨੂੰ ਕੰਮ ਨਹੀਂ ਦਿੰਦੇ ਹੈਗੇ ਬੇਰੁਜ਼ਗਾਰ ਅੰਤਾਂ ਦੇ ਨੇ ਉਹਨਾਂ ਹਾਲਾਤਾਂ ਵਿੱਚ ਡੈਮੋਕ੍ਰੇਸੀ ਵਿੱਚ ਲੋਕ ਆਪਦੀ ਆਵਾਜ਼ ਚੁੱਕਣ ਦਾ ਹੱਕ ਰੱਖਦੇ ਆ ਤਾਂ ਉਹ ਚੁੱਕਦੇ ਰਹਿਣਗੇ ਇਹੀ ਕਾਰਨ ਹੈ ਵੀ ਅਸੀਂ ਵੀ ਆਵਾਜ਼ ਚੁੱਕ ਰਹੇ ਹਾਂ ਇਹ ਵੱਖਰੀ ਗੱਲ ਆ ਵੀ ਸਾਡੇ ਮੁਲਕ ਵਿੱਚ ਡੈਮੋਕ੍ਰੇਸੀ ਕੋਈ ਨਹੀਂ ਹੈਗੀ ਡੈਮੋਕ੍ਰੇਸੀ ਜਦੋਂ ਸੱਤਾ ਤੋਂ ਬਾਹਰ ਭਗਵੰਤ ਮਾਨ ਜੀ ਦਾ ਕੇਜਰੀਵਾਲ ਸੀਗੇ ਇਹ ਸਾਡੇ ਨਾਲ ਧਰਨਿਆਂ ਮਜਾਰਿਆਂ 'ਤੇ ਬਹਿੰਦੇ ਸੀ ਸਗੋਂ ਕੇਜਰੀਵਾਲ ਜੀ ਇੱਕ ਵਾਰੀ ਮੁੱਖ ਮੰਤਰੀ ਹੁੰਦਿਆਂ ਹੋਇਆ ਧਰਨੇ 'ਚ ਬਹਿ ਗਏ ਸੀਗੇ ਠੀਕ ਹੈ ਮੀਡੀਆ 'ਚ ਆਲੋਚਨਾ ਹੋਣ ਤੋਂ ਬਾਅਦ ਫਿਰ ਉਹ ਵਾਪਸ ਆਏ ਆ ਉਦੋਂ ਤਾਂ ਸਾਡੇ ਵਾਲੀਆਂ ਹੀ ਗੱਲਾਂ ਕਰਦੇ ਸੀ ਜਦੋਂ ਸੱਤਾ ਨਸੀਬ ਹੋ ਗਈ ਆ ਤੇ ਹੁਣ ਕਾਰਪੋਰੇਟ ਘਰਾਣਿਆਂ ਨੂੰ ਜਿਵੇਂ ਪਿਛਲੀਆਂ ਸਰਕਾਰਾਂ ਪੰਜਾਬ ਵਿੱਚ ਦਾਖਲ ਕਰਾਉਂਦੀਆਂ ਉਸੇ ਤਰ੍ਹਾਂ ਕਰਾ ਰਹੇ ਪੰਜਾਬ ਦਾ ਕਿਸਾਨ ਸੜਕਾਂ ਤੇ ਭਗਵੰਤ ਮਾਨ ਜੀ ਗੁਜਰਾਤ 'ਚ ਫਿਰ ਵੱਡੇ ਵੱਡੇ ਵਾਅਦੇ ਕਰ ਰਹੇ ਆ ਹਾਂਜੀ ਇਹ ਸਾਰੇ ਤੁਸੀਂ ਬੀਜੇਪੀ ਦੇਖੋ ਉਹਨੇ ਵੀ ਵੱਡੇ ਵਾਅਦੇ ਕੀਤੇ ਆ ਜਿਹੜੇ ਇੱਥੇ ਪੂਰੇ ਨਹੀਂ ਹੋਏ ਕਾਂਗਰਸ ਨੇ ਵੀ ਵੱਡੇ ਵਾਅਦੇ ਕੀਤੇ ਆ ਜਿਹੜੇ ਇੱਥੇ ਪੂਰੇ ਨਹੀਂ ਹੋਏ ਅਤੇ ਆਮ ਆਦਮੀ ਪਾਰਟੀ ਵੀ ਉੱਥੇ ਕਹਿ ਰਹੀ ਵੀ ਪੰਜਾਬ ਦੇ ਵਿੱਚ ਤਾਂ ਅਸੀਂ ਬੇਰੁਜ਼ਗਾਰੀ ਖਤਮ ਕਰ ਦਿੱਤੀ ਨਸ਼ੇ ਖਤਮ ਕਰਾ ਦਿੱਤੇ ਤਾਂ ਝੂਠ 6 ਫਸਲਾਂ ਕਹਿੰਦੇ ਵੀ ਖਰੀਦ ਲਈਆਂ 5 ਉਹ ਕਿਹੜੀਆਂ 5 ਫਸਲਾਂ ਖਰੀਦੀਆਂ ਸਾਨੂੰ ਵੀ ਤਾਂ ਦੱਸ ਦਿਓ ਕਣਕ ਝੋਨਾ ਤੋਂ ਦੇਖੋ ਚੱਕ ਮੁਸ਼ਕਿਲ ਨਾਲ ਚੱਕਿਆ ਜਾਂਦਾ ਮੂੰਗੀ ਤੁਸੀਂ ਨਹੀਂ ਖਰੀਦ ਸਕੇ ਸੋ ਇਹ ਚੋਣ ਸਟੰਟ ਹੈਗੇ ਆ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ